ਮੇਰੇ ਵਰਗਾ ਮਿਲਿਆ ਕੋਈ ਕੱਦੂ ਜਿਹਾ ਪ੍ਰਧਾਨ ਤੁਹਾਨੂੰ ਪਹਿਲਾਂ ਹੈ ਕਿ ਨਹੀਂ, ਵੇਖਿਆ ਇਹੋ ਜਿਹੀ ਜਿਹਾ ਹੈਗਾ। ਮੈਂ ਕਿਹਾ ਕੋਈ ਚੱਕਰ ਨਹੀਂ, ਮੋਟਾ ਹੈਗਾ ਨਹੀਂ, ਚਲੋ ਤਾਂ ਮੰਗਾ ਇੱਦਾਂ ਹੀ, ਆਪੇ ਲੋਕੀ ਪਸੰਦ ਕਰਨਗੇ। ਇਹ ਨਾ ਕਹਿਣ ਸਾਰੀ ਫਿਲਮ ਪ੍ਰਧਾਨ ਜਾ ਤੇ ਹੁਣ ਨੇੜੇ ਐਪਸ ਕੱਢ ਲਿਓ। ਸਰਦਾਰ ਵੀਰ ਨੇ ਆਖਿਆ ਵੀ ਜਿਹੜੀ ਵਨ ਫੋਨ ਕਾਲ ਅਵੇ ਹੁੰਦੇ ਆ, ਨਾ ਕਦੇ ਕੋਈ ਫਰਮਾਇਸ਼ ਰੱਖਣੀ, ਨਾ ਕਦੇ ਕੋਈ ਚੀਜ਼ ਕਰਨੀ ਵੀ ਓਕੇ ਵੀਰੇ ਆ ਜਾ, ਨਹੀਂ ਆਉਂਦੀ ਹੁਣ ਮੈਂ ਖਿੱਚ ਲਾਂ ਜੁੱਤੀਆਂ ਖਾਣੀਆਂ ਮੈਂ। ਆਓ ਜੀ ਆਓ ਬਾਜਵਾ ਸਾਹਿਬ, ਆਓ ਬਾਜਵਾ ਸਾਹਿਬ ਨੇ ਅਸਲ ਜਾਣਾ 7 ਵਜੇ ਕਿਤੇ। ਚੰਗੀ ਲੱਗੀ ਹੋਊਗੀ ਕਿਉਂਕਿ ਪਿਛਲੀਆਂ ਫਿਲਮਾਂ ਦਾ ਵੀ ਇਫੈਕਟ ਹੁੰਦਾ ਨਾ, ਪਿੱਛੇ 2-4-5 ਫਿਲਮਾਂ ਸਾਡੀਆਂ ਨਹੀਂ ਚੱਲੀਆਂ ਤੇ ਜੇ ਸਲੋ 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 ਅਸੀਂ ਦੁਬਾਰਾ ਰਿਵਾਈਵ ਕਰਾਂਗੇ ਤੇ ਆਈ ਹੋਪ ਸਾਰਿਆਂ ਨੂੰ ਫਿਲਮ ਚੰਗੀ ਲੱਗੂਗੀ। ਤੇ ਮੇਰੇ ਵਰਗਾ ਮਿਲਿਆ ਕੋਈ ਕੱਦੂ ਜਿਹਾ ਪ੍ਰਧਾਨ ਤੁਹਾਨੂੰ ਪਹਿਲਾਂ ਹੈ ਕਿ ਨਹੀਂ, ਵੇਖਿਆ ਇਹੋ ਜਿਹੀ ਜਿਹਾ ਹੈਗਾ। ਮੈਂ ਕਿਹਾ ਕੋਈ ਚੱਕਰ ਨਹੀਂ, ਮੋਟਾ ਹੈਗਾ ਨਹੀਂ, ਚਲੋ ਤਾਂ ਮੰਗਾ ਇੱਦਾਂ ਹੀ, ਆਪੇ ਲੋਕੀ ਪਸੰਦ ਕਰਨਗੇ। ਇਹ ਨਾ ਕਹਿਣ ਸਾਰੀ ਫਿਲਮ ਪ੍ਰਧਾਨ ਜਾ ਤੇ ਹੁਣ ਨੇੜੇ ਐਪਸ ਕੱਢ ਲਿਓ। ਮੈਂ ਕਿਹਾ ਜਿਹਾ ਹੈਗਾ ਉਹ ਜੀ ਲੱਗੂ। ਹਾਂਜੀ 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 ਹਾਂਜੀ, ਮੈਨੂੰ ਪਤਾ ਹੀ ਨਹੀਂ ਹੈ ਕਿੱਥੇ ਹੈ, ਹੁਣ ਲੱਭੀਏ ਤਾਂ ਸਹੀ ਉਹਨੂੰ, ਐਂ ਨਹੀਂ ਪਤਾ ਉਹਨੂੰ ਭੁੱਲ ਗਏ ਹੋਈਏ ਕਹਿਣਾ ਹੈ। ਅੱਛਾ ਸ਼ੂਟ ਚੱਲਣ ਦਾ? ਅੱਛਾ ਤਾਂ ਨਹੀਂ ਆਇਆ। ਸਭ ਤੋਂ ਪਿਆਰਾ ਜਵਾਕ ਹੈ ਸਾਡਾ, ਉਹ ਜਿਵੇਂ ਦੀਦਾਰ ਵੀਰ ਨੇ ਆਖਿਆ ਵੀ ਜਿਹੜੀ ਵਨ ਫੋਨ ਕਾਲ ਅਵੇ ਹੁੰਦੇ ਆ, ਨਾ ਕਦੇ ਕੋਈ ਫਰਮਾਇਸ਼ ਰੱਖਣੀ, ਨਾ ਕਦੇ ਕੋਈ ਚੀਜ਼ ਕਰਨੀ ਵੀ ਓਕੇ ਵੀਰੇ ਆ ਜਾਂਗੇ, ਤੇ ਉਹ ਵਨ ਆਫ ਦੀ ਬੈਸਟ ਆਇਆ ਸਾਡੀ ਫਿਲਮ ਇੰਡਸਟਰੀ ਦਾ, ਤੇ ਬਹੁਤ ਬਾਕਮਾਲ ਐਕਟਰ ਆ, ਫਸਟ ਚੁਆਇਸ ਹੁੰਦਾ। ਨਹੀਂ ਆਉਂਦੀ ਹੁਣ ਮੈਂ ਖਿੱਚ ਲਾਂ ਜੁੱਤੀਆਂ ਖਾਣੀਆਂ ਮੈਂ। ਆਓ ਜੀ ਆਓ ਬਾਜਵਾ ਸਾਹਿਬ, ਆਓ ਬਾਜਵਾ ਸਾਹਿਬ ਨੇ ਅਸਲ ਜਾਣਾ 7 ਵਜੇ ਕਿਤੇ। ਬੋਲੋ ਕੁੜੀ ਨਹੀਂ, ਸਾਰਾ ਕੁਛ ਹੀ ਵਧੀਆ ਲੱਗਿਆ, ਲੇਕਿਨ ਹਰਿਆਣਵੀ ਲੈਂਗੁਏਜ ਮੈਨੂੰ ਸ਼ੁਰੂ ਤੋਂ ਹੀ ਬਹੁਤ ਵਧੀਆ ਲੱਗਦੀ ਸੀ। ਮੈਂ ਲੱਕੀ ਫੀਲ ਕਰਦੀ ਹਾਂ ਆਪਣੇ ਆਪ ਨੂੰ ਐਜ਼ ਐਨ ਆਰਟਿਸਟ ਕਿ ਮੈਨੂੰ ਉਹ ਕੈਰੈਕਟਰ ਪਲੇਅ ਕਰਨ ਦਾ ਮੌਕਾ ਮਿਲਿਆ, ਸੋ ਸਭ ਤੋਂ ਜ਼ਿਆਦਾ ਮਜ਼ਾ ਹਰਿਆਣਵੀ ਬੋਲ ਕੇ ਆਇਆ, ਔਰ ਮਤਲਬ ਆਈ ਥਿੰਕ ਉਹ ਮੇਰੀ ਹਾਈਲਾਈਟ ਸੀ। ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਹੁੱਡਾ ਸਾਹਿਬ ਨਾਂ ਤੇ। ਹੁੱਡਾ ਸਾਹਿਬ ਦੀ ਦੂਜੀ ਫਿਲਮ ਹੈ ਤੇ ਜਿਹਨਾਂ ਨੇ ਬਹੁਤ ਜ਼ਿਆਦਾ ਵਧੀਆ ਪਰਫਾਰਮ ਕੀਤਾ। ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿਨੇਮਾ, ਹਰਿਆਣਵੀ ਸਿਨੇਮਾ ਡੇ ਬਾਏ ਡੇ ਗਰੋ ਕਰੀਏ ਤੇ ਅਸੀਂ ਵੱਡੀਆਂ ਫਿਲਮਾਂ ਬਣਾਈਏ, ਇੰਡੀਅਨ ਫਿਲਮਾਂ ਬਣਾਈਏ। ਤੇ ਕੋਈ ਸਵਾਲ ਹੁੱਡਾ ਸਾਹਿਬ ਵਾਸਤੇ? ਬਹੁਤ ਬਹੁਤ ਪਿਆਰ, ਚੜ੍ਹਦੀ ਕਲਾ ਜੀ ਸਰ। ਇਹ ਤਾਂ ਛੋਟੇ ਹੁੰਦੇ ਕਰਦੇ ਰਹੇ, ਮੈਨੂੰ ਹੀ ਵਕਤ ਪਿਆ ਸੀ, ਇਹਨਾਂ ਨੂੰ ਤਾਂ ਹਿਸਾਬ ਕਿਤਾਬ ਹੈਗਾ ਸੀ, ਇਹਨਾਂ ਨੂੰ ਤਾਂ ਆਉਂਦੀ ਸੀ ਥੋੜ੍ਹੀ ਬਹੁਤੀ। ਅਸੀਂ ਗੁੱਲੀ ਡੰਡੇ ਦੇ ਕ੍ਰਿਕਟ ਵਾਲੇ ਸੀ, ਸਾਡੇ ਤਾਂ ਕੁਸ਼ਤੀ ਨੇੜੇ ਜਿਹੜੇ ਵੀ ਨਹੀਂ, ਕੁਸ਼ਤੀ ਤਪੱਸਿਆ ਆ, ਬਹੁਤ ਵੱਡੀ ਚੀਜ਼ ਆ। ਮਤਲਬ ਕੋਈ ਵੀ ਗੇਮ ਆ, ਕੋਈ ਵੀ ਐਥਲੀਟ ਆ, ਤੁਸੀਂ ਸਾਰੇ ਮੀਡੀਆ ਵਾਲੇ ਹੋ, ਜੋ ਕਿ ਬੰਦਾ ਜਦੇ ਵੀ ਕਦੇ ਕੋਈ ਮੈਡਲ ਲੈ ਕੇ ਆਉਂਦਾ ਜਾਂ ਕਦੇ ਵੀ ਕੋਈ ਚੀਜ਼ ਅਚੀਵ ਕਰਦਾ, ਖਾਸ ਤੌਰ ਤੇ ਸਪੋਰਟਸਮੈਨ, ਤੁਸੀਂ ਸਾਰੇ ਉਹਨਾਂ ਨੂੰ ਪਰਵਾਹ ਕਰਾ ਦਿਆ ਕਰੋ। ਆਪਾਂ ਮੋਸਟਲੀ ਆਪਾਂ ਕੀ ਕਰਦੇ, ਆਪਾਂ ਕੰਟਰੋਵਰਸ਼ੀਅਲ ਸਟੇਟਮੈਂਟਸ, ਕੰਟਰੋਵਰਸ਼ੀ ਚੀਜ਼ਾਂ ਲੱਭਦੇ ਨਾ ਵੀ ਤੋਂ ਸਾਨੂੰ ਵਿਊਜ਼ ਆਉਣ, ਕਈ ਵਾਰੀ ਵਿਊਜ਼ ਪਾਸੇ ਰੱਖ ਕੇ ਏਦਾਂ ਦੇ ਬੰਦੇ ਦੀ ਹੈਲਪ ਕਰੀਦੀ ਆ ਜਿਹਨੂੰ ਉਹਦਾ ਮੁੱਲ ਨਹੀਂ ਕਦੇ ਮਿਲਿਆ ਜਾਂ ਉਹਨੂੰ ਕਦੇ ਵੈਲਿਊ ਨਹੀਂ ਮਿਲੀ। ਮੈਂ ਸਾਰੇ ਮੀਡੀਆ ਨੂੰ ਇਹ ਉਹ ਕਰਦਾ, ਦਰਖਾਸਤ ਕਰਦਾ, ਰਿਕੁਐਸਟ ਕਰਦਾ ਕਿ ਤੁਸੀਂ ਲੱਭਿਆ ਕਰੋ ਏਦਾਂ ਦੇ ਬੰਦੇ ਜਿਹਨਾਂ ਨੂੰ ਲੋੜ ਆ।